ਲੋਕਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇਤਾ ਅਤੇ ਵਰਕਰਾਂ ਦੀ ਮੀਟਿੰਗ ਅਜਨਾਲਾ ਅਤੇ ਰਮਦਾਸ ਵਿਖੇ ਆਯੋਜਿਤ ਕੀਤੀ ਗਈ। ਬੀਬੀ ਜਗੀਰ ਕੌਰ ਨੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਲੋਕਸਭਾ ਚੋਣਾਂ ਦੀ ਤਿਆਰੀਆਂ ਬਾਰੇ ਚਰਚਾ ਕੀਤੀ। ਹਰਜੀਤ ਸਿੰਘ, ਸਵਿੰਦਰ ਸਿੰਘ ਸਮੇਤ ਕਈ ਲੋਕ ਮੌਜੂਦ ਸਨ। ਅੱਜ ਜਿਹੜੀ ਮੈਂ ਮੀਟਿੰਗ ਕੀਤੀ ਹੈ ਨਾ, ਇਹ ਨਾਰੀ ਸ਼ਕਤੀ ਨਾਲ ਕੀਤੀ ਹੈ, ਔਰਤਾਂ ਨਾਲ ਕੀਤੀ ਹੈ। ਅਤੇ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਜਿਹੜੇ ਵੀ ਸੰਘਰਸ਼ ਵਿੱਚ, ਜਿਹੜੇ ਵੀ ਘੋਲ ਦੇ ਵਿੱਚ ਔਰਤ ਸ਼ਾਮਿਲ ਨਹੀਂ ਨਾ ਹੁੰਦੀ, ਉਹ ਕਦੀ ਕਾਮਯਾਬ ਨਹੀਂ ਹੁੰਦਾ। ਮੈਂ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਬਿਨਾਂ ਮੇਰੇ ਆਖੇ ਲੱਗੇ ਜਿਹੜਾ ਤੁਹਾਨੂੰ ਉਮੀਦਵਾਰ ਚੰਗਾ ਲੱਗਦਾ ਹੈ, ਤੁਹਾਡੇ ਆਪਣੇ ਵਾਅਦਿਆਂ 'ਤੇ ਖਰਾ ਉਤਰਦਾ ਹੈ, ਤੁਸੀਂ ਸਮਝਦੇ ਜੇ ਵੀ ਇਹ ਕੱਲ੍ਹ ਨੂੰ ਵੀ ਸਾਡੇ ਕੰਮ ਆਊਗਾ ਜਾਂ ਪਿਛਲੇ ਸਮੇਂ 'ਚ ਵੀ ਤੁਹਾਨੂੰ ਮਿਲਦਾ ਰਿਹਾ ਹੈ, ਉਹਨੂੰ ਤੁਸੀਂ ਵੋਟ ਦੇਣੀ ਆ ਜਿਹੜਾ ਤੁਹਾਡੇ ਸੁਪਨਿਆਂ 'ਤੇ ਆਪਣੇ ਵਾਅਦਿਆਂ 'ਤੇ ਖਰਾ ਉਤਰ। ਪੂਰਾ ਆਪਣੀ ਸੰਗਤ ਦਾ ਸਹਿਯੋਗ ਦੇ ਨਾਲ ਭਾਜੀ ਹੋਰਾਂ ਨੂੰ ਪਹਿਲਾਂ ਵੀ ਵੱਧ ਚੜ੍ਹ ਕੇ 2 ਲੱਖ ਵੋਟਾਂ ਨਾਲ ਜਿਤਾਇਆ, ਅੱਗੇ ਵੀ ਆਪਾਂ ਇਹੀ ਉਮੀਦ ਕਰਦੇ ਹਾਂ ਕਿ 2-2.5 ਲੱਖ ਵੋਟਾਂ ਤੋਂ ਜ਼ਿਆਦਾ ਲੀਡ ਲੈ ਕੇ ਜਿਤਾਈਏ।